ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਿੰਘ ਮੀਡੀਆ ਚੈਨਲ। ਜੇਕਰ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰੋ ਸਬਸਕ੍ਰਾਈਬ। ਜਾ ਰਹੇ ਹਾਂ ਅੱਜ ਕੋਰੋਨਾ ਵਾਇਰਸ ਦੇ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਅੱਜ ਕਰਫਿਊ ਲਗਾਇਆ ਗਿਆ, ਪਬਲਿਕ ਵੱਲੋਂ ਹੀ ਲਾਇਆ ਗਿਆ, ਕਿਉਂਕਿ ਮੋਦੀ ਸਾਹਿਬ ਨੇ, ਜਿਹੜੇ ਨਰਿੰਦਰ ਮੋਦੀ PM ਨੇ, ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਆਪਣੇ ਆਪ ਹੀ ਤੁਸੀਂ ਜਿਹੜਾ ਇਹ ਕਰਫਿਊ ਤੁਸੀਂ ਲਾਉਣਾ ਆ। ਕੋਈ ਵੀ ਬੰਦਾ ਘਰ ਤੋਂ ਬਾਹਰ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਨਹੀਂ ਨਿਕਲੇਗਾ, ਅਤੇ ਲੋਕਾਂ ਨੇ ਇਹਦਾ ਸਮਰਥਨ ਵੀ ਕੀਤਾ ਹੈ। ਅਸੀਂ ਗੱਲ ਕਰਨ ਜਾ ਰਹੇ ਹਾਂ ਕੁਰਾਲੀ ਵਿਖੇ ਦੀ। ਕੁਰਾਲੀ ਦੇ ਵਿੱਚ ਸਾਡੇ ਸਵਾਦਾਤਾ ਮੌਜੂਦ ਨੇ, ਕੁਰਾਲੀ ਤੋਂ ਜਗਦੀਸ਼ ਸਿੰਘ ਜੀ ਸਾਡੇ ਨਾਲ ਸਵਾਦਾਤਾ ਮੌਜੂਦ ਨੇ। ਉਹਨਾਂ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਸਪਾਲ ਮੱਸੀ ਜਿਹੜੇ ਕਿ ਸਿਹਤ ਵਿਭਾਗ ਤੋਂ ਜਿਹੜੇ ਮੈਜਿਸਟਰੇਟ ਹੈਗੇ ਨੇ, ਉਹ ਵੀ ਉੱਥੇ ਆ ਕੇ ਪੂਰਾ ਜਿਹੜਾ ਜਾਇਜ਼ਾ ਉਹ ਲੈ ਰਹੇ ਸਨ। ਨਾਲ ਹੀ ਜਿਹੜੀ ਪੁਲਿਸ ਦੀ ਜਿਹੜੀ ਪਾਰਟੀ ਹੈ, ਪੁਲਿਸ ਦੀ ਟੀਮ ਹੈ ਕੁਰਾਲੀ ਦੀ, ਉਹ ਵੀ ਨਾਲ ਦੀ ਨਾਲ ਲੋਕਾਂ ਨੂੰ ਜਿਹੜਾ ਕਿ ਸੂਚਿਤ ਕਰ ਰਹੀ ਸੀ, ਲੋਕਾਂ ਨੂੰ ਸਮਝਾ ਰਹੀ ਸੀ ਕਿ ਤੁਸੀਂ ਆਪੋ ਆਪਣੇ ਘਰ ਚਲੇ ਜਾਓ, ਕਿਉਂਕਿ ਜਿਹੜਾ ਕਿ ਕਰਫਿਊ ਲੱਗਿਆ ਹੋਇਆ ਹੈ। ਇਸ ਦੇ ਦੌਰਾਨ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਬਾਜ਼ਾਰ ਹੈ ਉਹ ਪੂਰਾ ਬੰਦ ਹੈ। ਤੁਸੀਂ ਦੇਖ ਸਕਦੇ ਹੋ ਇੱਧਰ ਨਾਲ ਦੀ ਨਾਲ ਸੜਕਾਂ ਜਿਹੜੀਆਂ ਪੂਰੀਆਂ ਖਾਲੀ ਨੇ। ਕੋਈ ਐਮਰਜੈਂਸੀ ਜੇਕਰ ਹੈਗਾ ਸਿਰਫ ਉਹਨੂੰ ਹੀ ਪੁਲਿਸ ਵੱਲੋਂ ਜਾਣ ਦਿੱਤਾ ਜਾ ਰਿਹਾ, ਲੇਕਿਨ ਬਾਕੀ ਜਿਹੜੇ ਹੋਰ ਨੋਰਮਲ ਜਿਹੜੇ ਵਹੀਕਲ ਚੱਲ ਰਹੇ ਨੇ ਜਾਂ ਲੋਕੀ ਜਾ ਰਹੇ ਨੇ, ਉਹਨਾਂ ਨੂੰ ਘਰ ਜਿਹੜਾ ਵਾਪਸ ਭੇਜਿਆ ਜਾ ਰਿਹਾ। ਆਓ ਤੁਹਾਨੂੰ ਸੁਣਾਉਂਦੇ ਹਾਂ ਜਸਪਾਲ ਮੱਸੀ ਜਿਹੜੇ ਕਿ ਸਿਹਤ ਵਿਭਾਗ ਦੇ ਮੈਜਿਸਟਰੇਟ ਕੁਰਾਲੀ ਦੇ ਹੈਗੇ ਨੇ, ਉਹਨਾਂ ਨੇ ਕੀ ਕਿਹਾ। ਜਸਪਾਲ ਮੱਸੀ ਜੀ, ਕਿਵੇਂ ਦੀ ਸਥਿਤੀ ਹੈ ਕੋਰੋਨਾ ਵਾਇਰਸ ਬਾਰੇ ਕੁਰਾਲੀ ਦੇ ਵਿੱਚ? ਕੁਰਾਲੀ ਦੇ ਵਿੱਚ ਅਸੀਂ ਆਈਡੈਂਟੀਫਿਕੇਸ਼ਨ ਕਰਨ ਆਏ ਹਾਂ, ਜਿਹੜੀਆਂ ਸਾਨੂੰ ਉੱਪਰੋਂ ਲਿਸਟਾਂ ਆ ਰਹੀਆਂ ਵੀ ਆਹ ਬੰਦੇ ਆਏ ਨੇ, ਉਹ ਇੱਕ ਲੇਡੀ ਦਾ ਕੈਨੇਡਾ ਤੋਂ ਆਏ ਨੇ, ਇਹਨਾਂ ਦਾ ਐਡਰੈਸ ਪਤਾ ਕਰਨ ਵਾਸਤੇ ਆਏ ਇਹ, ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਾਂਗੇ। ਕੀ ਸ਼ੁਭ ਨਾਮ? ਇਹਨਾਂ ਦਾ ਸ਼ੁਭ ਨਾਮ ਹੈ ਜੀ ਬੰਗਾ ਨਵਪ੍ਰੀਤ ਕੌਰ। ਨਵਪ੍ਰੀਤ ਕੌਰ, ਉਮਰ? ਇਹ ਕੈਨੇਡਾ ਤੋਂ ਆਏ ਨੇ। ਉਮਰ ਨਹੀਂ ਲਿਖੀ। ਉਮਰ ਨਹੀਂ ਲਿਖੀ, ਕੈਨੇਡਾ ਤੋਂ ਆਏ। ਵਾਰਡ ਨੰਬਰ? ਇੱਕ ਵਾਰਡ ਨੰਬਰ ਇੱਕ ਹੈ। ਵਾਰਡ ਨੰਬਰ ਇੱਕ, ਹਾਊਸ ਨੰਬਰ ਇਹਨਾਂ ਦਾ ਹੈਗਾ 87। ਹਾਂ, ਅਨਾਜ ਮੰਡੀ। ਠੀਕ ਹੈ ਜੀ। ਜਿਹੜੀ ਜਿਹੜੇ ਬਾਹਰੋਂ ਆਏ ਆ ਉਹਨਾਂ ਦਾ ਸਿਰਫ ਚੈੱਕਅਪ ਕੀਤਾ ਜਾ ਰਿਹਾ ਵੀ ਇਹ ਬੰਦੇ ਠੀਕ ਹੈ ਜਾਂ ਵੀ ਹਾਂ ਘਰੋਂ ਨਾ ਨਿਕਲਣਾ 14 ਦਿਨ ਦੇ ਲਈ। ਹਾਂਜੀ ਹਾਂਜੀ, ਠੀਕ ਹੈ ਜੀ। ਜਾਂ ਕੋਈ ਪੋਜ਼ਿਟਿਵ ਕੇਸ ਤੁਹਾਡੀ ਨਿਗਾਹ ਦੇ ਵਿੱਚ ਆਇਆ ਹੋਵੇ? ਜਿਵੇਂ ਜਨਤਾ ਸਹਿਯੋਗ ਦੇ ਰਹੀ ਹੈ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਨਤਾ ਬਹੁਤ ਸਹਿਯੋਗ ਦੇ ਰਹੀ ਹੈ ਜੀ, ਇੱਥੇ ਸਭ ਦਾ ਭਲਾ ਵਾ, ਪਬਲਿਕ ਦਾ ਭਲਾ ਵਾ, ਲੋਕਾਂ ਦਾ ਭਲਾ ਵਾ, ਦੇਸ਼ ਦਾ ਭਲਾ ਵਾ। ਅਤੇ ਇਹ ਆਉਂਦੇ ਦਿਨਾਂ ਵਿੱਚ ਵੀ ਸਥਿਤੀ ਇੱਦਾਂ ਦੀ ਰਹੇਗੀ, ਲੋਕਾਂ ਨੂੰ ਮਤਲਬ ਅਵੇਅਰ ਹੋਣਾ ਚਾਹੀਦਾ, ਆਪਣੇ ਘਰੇ ਬੈਠਣਾ ਚਾਹੀਦਾ ਜੀ? ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ, ਆਪਣੇ ਘਰਾਂ 'ਚ ਬੈਠਣਾ ਚਾਹੀਦਾ, ਜ਼ਿਆਦਾ ਲੋਕਾਂ ਨਾਲ ਮਿਲ ਮਿਲਾਪ ਨਹੀਂ ਕਰਨਾ ਚਾਹੀਦਾ, ਅੱਜ ਕੋਈ ਜ਼ਰੂਰੀ ਕੰਮ ਹੈ ਤਾਂ ਬਾਹਰ ਨਿਕਲ, ਵੈਸੇ ਨਾ ਨਿਕਲ। ਤੁਸੀਂ ਜਿੱਦਾਂ ਕਿ ਸੁਣਿਆ ਹੁਣੇ ਜਸਪਾਲ ਮੱਸੀ ਜਿਹੜੇ ਹੈਗੇ ਨੇ ਸਿਹਤ ਵਿਭਾਗ ਤੋਂ, ਜਿਹੜੇ ਕੁਰਾਲੀ ਵਾਰਡ ਦੇ ਹੈਗੇ ਨੇ, ਇਹਨਾਂ ਨੇ ਦੱਸਿਆ ਕਿ ਇੱਕ ਜਿਹੜੀ ਕੁੜੀ ਹੈਗੀ ਹੈ ਨਵਪ੍ਰੀਤ ਕੌਰ, ਉਹ ਵੀ ਵਾਰਡ ਨੰਬਰ 1 ਅਨਾਜ ਮੰਡੀ ਜਿਹੜੀ ਕਿ ਕੈਨੇਡਾ ਤੋਂ ਜਿਹੜੀ ਵਾਪਸ ਆਈ ਹੈ, ਉਸਦਾ ਵੀ ਜਿਹੜਾ ਟੈਸਟ ਜਿਹੜਾ ਜਾਰੀ ਇਹਨਾਂ ਨੇ ਰੱਖਿਆ ਹੋਇਆ, ਉਹਨਾਂ ਨੂੰ 14 ਦਿਨ ਵਾਸਤੇ ਅਲੱਗ ਤੋਂ ਉਹਨਾਂ ਨੂੰ ਰੱਖਿਆ ਗਿਆ ਤਾਂ ਕਿ ਜਿਹੜੇ ਲੱਛਣ ਨੇ ਉਹ ਪਾਏ ਜਾਂਦੇ ਨੇ ਜਾਂ ਨਹੀਂ। ਆਹ ਹੁਣ ਅੱਗੇ ਗੱਲ ਕਰਦੇ ਹਾਂ ਕੁਰਾਲੀ ਦੇ SHO ਸਾਹਿਬ ਨਾਲ, ਕੁਲਵੰਤ ਸਿੰਘ ਜੀ, ਉਹਨਾਂ ਦਾ ਕੀ ਕਹਿਣਾ ਸੀਗਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਸਾਡਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਾਥ ਦਿੱਤਾ, ਸਾਰਾ ਬਾਜ਼ਾਰ ਤਕਰੀਬਨ ਬੰਦ ਹੈ, ਅਤੇ ਮਾਰਕੀਟ ਜਿਹੜੀ ਮੰਡੀ ਆ, ਸਬਜ਼ੀ ਮੰਡੀ ਵਗੈਰਾ, ਉਹ ਵੀ ਸਾਰੀਆਂ ਬੰਦ ਪਈਆਂ ਨੇ। 1-2 ਮੈਡੀਕਲ ਸਟੋਰ ਖੁੱਲ੍ਹੇ ਨੇ, ਬਾਕੀ ਤਕਰੀਬਨ ਮੈਡੀਕਲ ਸਟੋਰ ਵੀ ਅੱਜ ਬੰਦ ਕੀਤੇ ਹੋਏ ਨੇ। ਸ਼ਹਿਰ ਵਾਸੀਆਂ ਨੇ ਬਹੁਤ ਵਧੀਆ ਸਾਥ ਦਿੱਤਾ। ਸਾਡੇ SSP ਸਾਹਿਬ ਨੇ ਵੀ ਇਹੀ ਅਪੀਲ ਕੀਤੀ ਹੈ ਕਿ ਜਦੋਂ ਅਸੀਂ ਬਾਹਰ ਹਾਂ ਤੁਸੀਂ ਅੰਦਰ ਰਹੋ। ਮੈਂ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਹਾਂ, ਜਿੱਦਾਂ ਮੇਰੇ SSP ਸਾਹਿਬ ਕਪਤਾਨ ਸਾਹਿਬ ਨੇ ਅਪੀਲ ਕੀਤੀ ਆ ਵੀ ਤੁਸੀਂ ਸੁਰੱਖਿਆ ਤੌਰ 'ਤੇ ਆਪਣੇ ਘਰਾਂ ਦੇ ਅੰਦਰ ਰਹੋ, ਅਸੀਂ ਬਾਹਰ ਹਾਂ, ਅਸੀਂ ਆਪਣੀ ਡਿਊਟੀ ਕਰਕੇ ਤੁਹਾਡੀ ਵਧੀਆ ਉਹ ਹੈਲਥ ਬਾਰੇ ਸੋਚ ਰਹੇ ਹਾਂ। ਸਰ, ਪੰਜਾਬ ਸਰਕਾਰ ਨੇ 31 ਮਾਰਚ ਤੱਕ ਲੋਕਡਾਊਨ ਦਾ ਆਰਡਰ ਕਰਿਆ ਹੋਊ? ਅਜੇ ਤੱਕ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਨਹੀਂ ਲੱਗਿਆ, ਨਾ ਸਾਡੇ ਕੋਲ ਇੱਦਾਂ ਦਾ ਕੋਈ ਲੈਟਰ ਹੈ 31 ਵਾਲਾ, ਵੈਸੇ ਅੱਜ ਦਾ ਹੈ, ਬਾਕੀ ਜਿੱਦਾਂ ਵੀ ਗਾਹਾਂ ਸਰਕਾਰ ਕਰੂਗੀ ਉਹਦੇ ਹਿਸਾਬ ਨਾਲ ਅਸੀਂ ਆਪਣੀ
ਡਿਊਟੀ ਕਰਾਂਗੇ। ਸਰ ਉਹਦੀ ਤਿਆਰੀਆਂ ਪੂਰੀਆਂ ਜੀ? ਜਿਹੜੀ ਪੁਲਿਸ ਦੀ ਡਿਊਟੀ ਆ ਉਹ ਜ਼ਿਆਦਾ ਜ਼ਿੰਮੇਵਾਰੀ ਵਾਲੀ ਹੋ ਜਾਂਦੀ ਹੈ ਜੀ? ਡਿਊਟੀ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਕਰ ਰਹੇ ਹਾਂ। ਮੇਰੇ ਪੁਲਿਸ ਪਾਰਟੀਆਂ ਅਸੀਂ 3 ਪਾਰਟੀਆਂ ਬਣਾ ਕੇ ਅਲੱਗ ਅਲੱਗ ਸ਼ਹਿਰ ਦੇ ਵਿੱਚ ਕੱਢੀਆਂ ਹੋਈਆਂ। ਇੱਕ ਸਾਡੀ ਪਾਰਟੀ ਜਿਹੜੀ SDM ਸਾਹਿਬ ਨੂੰ ਦਿੱਤੀ ਹੋਈ ਹੈ, ਇੱਕ ਪਾਰਟੀ ਸਬ ਡਿਵੀਜ਼ਨ ਦਿੱਤੀ ਹੋਈ ਹੈ, ਇੱਕ 2 ਪਾਰਟੀਆਂ ਮੇਰੇ ਨਾਲ ਨੇ। ਸਰ ਜੇ ਕੋਈ ਦੁਕਾਨ ਖੋਲ੍ਹਦਾ ਉਹਦੇ ਬਾਰੇ ਕਿਆ ਕਾਰਵਾਈ ਹੋਊਗੀ? ਉਹਦੇ ਬਾਰੇ ਉਹਨੂੰ ਵੀ ਸਿਆਣਾ ਵੈਸੇ ਤਾਂ ਵੀ ਕਰੋਨਾ ਦਾ ਚੱਲ ਰਹੇ ਨੇ ਲੱਛਣ, ਅੱਜ ਕੱਲ੍ਹ ਵਾਇਰਸ ਇੱਦਾਂ ਦਾ ਫੈਲਿਆ ਹੋਇਆ, ਅਸੀਂ ਉਹ ਤਕਰੀਬਨ ਬੰਦ ਕਰਾ ਰਹੇ ਹਾਂ। ਵੈਸੇ ਕੋਈ ਇਹੋ ਜਿਹਾ ਆਇਆ ਨਹੀਂ ਸਾਹਮਣੇ। ਜਿੱਦਾਂ ਅਸੀਂ ਸੁਣਿਆ ਕੁਰਾਲੀ ਜਿਹੜੇ SHO ਹੈਗੇ ਨੇ ਕੁਲਵੰਤ ਸਿੰਘ, ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਜਿਹੜੇ ਲੋਕਾਂ ਨੇ ਜਿਹੜਾ ਸਾਥ ਪੂਰਾ ਦਿੱਤਾ ਆ। ਅਤੇ ਸਾਡੇ ਨਿਊਜ਼ ਚੈਨਲ ਵੱਲੋਂ ਇਹੀ ਗੁਜ਼ਾਰਿਸ਼ ਤੁਹਾਨੂੰ ਕਿ ਤੁਸੀਂ ਆਪੋ ਆਪਣੇ ਘਰੇ ਰਹੋ, ਆਪਣੇ ਜਿਹੜੇ ਹੱਥ ਨੇ ਚੰਗੀ ਤਰ੍ਹਾਂ ਧੋਵੋ, ਸੈਨੀਟਾਈਜ਼ਰ ਨੂੰ ਯੂਜ਼ ਕਰੋ। ਜੇਕਰ ਸੈਨੀਟਾਈਜ਼ਰ ਯੂਜ਼ ਨਹੀਂ ਵੀ ਕਰਦੇ ਤਾਂ ਵੀ ਤੁਸੀਂ ਆਪਣੇ ਸਾਬਣ ਨਾਲ ਹੱਥ ਜਿਹੜੇ ਚੰਗੀ ਤਰ੍ਹਾਂ ਧੋਵੋ। ਇਸੇ ਤਰ੍ਹਾਂ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖ ਰਹੇ ਹੋ SM ਪੰਜਾਬ ਨਿਊਜ਼। ਧੰਨਵਾਦ।